ਅੱਜ ਬਣਾਈ ਜੀ ਪ੍ਰੋਟੀਨ ਆ ਭਰਪੂਰ ਬਹੁਤ ਹੀ ਟੇਸਟੀ ਸਬਜ਼ੀ। ਕਈ ਵਾਰ ਦੂਜੀਆਂ ਸਬਜ਼ੀਆਂ ਤੋਂ ਜੀ ਅੱਕ ਜਾਂਦਾ ਤਾਂ ਆਪਾਂ ਇਹਨੂੰ ਮਿੰਟੋ ਮਿੰਟ ਹੀ ਤਿਆਰ ਕਰ ਸਕਦੇ ਹਾਂ। ਇਹਦੇ ਲਈ ਆਪਾਂ ਲੈਣੀ ਹੈ ਜੀ ਚੂਰਾ ਵੜੀ, ਅਤੇ ਆਹ ਜਿਹੜੀ ਵੜੀ ਹੈਗੀ ਕਈ ਵਾਰ ਨਾ ਹੋਵੇ ਤਾਂ ਆਹ ਵੜੀਆਂ ਨੂੰ ਆਪਾਂ ਭਿਉਂ ਕੇ ਇਹਨਾਂ ਨੂੰ ਮੋਟਾ ਮੋਟਾ ਪੀਸ ਸਕਦੇ ਹਾਂ ਮਿਕਸੀ ਵਿੱਚ ਪਾ ਕੇ। ਅਤੇ ਇੱਧਰ ਆਪਾਂ ਜਿਹੜਾ ਤੇਲ ਸੀਗਾ ਉਹ ਗਰਮ ਹੋਣ ਵਾਸਤੇ ਰੱਖਤਾ ਸੀਗਾ। ਇਹਦੇ ਵਿੱਚ ਜੇ ਆਪਾਂ ਪਾਵਾਂਗੇ ਜੀ ਮਟਰ, ਲਾਲ ਟਮਾਟਰ, ਪਿਆਜ਼, ਹਰੀ ਮਿਰਚ, ਮਤਲਬ ਜਿਹੜੇ ਮਟਰ ਇਹ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋਗੇ, ਹਰੀ ਮਿਰਚ ਵੀ ਤੁਸੀਂ ਜਿੰਨਾ ਕੁ ਮਿਰਚ ਖਾਣਾ ਪਸੰਦ ਕਰਦੇ ਉਹਦੇ ਹਿਸਾਬ ਨਾਲ ਪਾ ਸਕਦੇ ਹਾਂ। ਅਦਰਕ ਲਸਣ ਦਾ ਪੇਸਟ, ਜਦੋਂ ਆਪਣਾ ਤੇਲ ਗਰਮ ਹੋਏ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਚਮਚ ਜੀਰੇ ਦਾ, ਇਹਨੂੰ ਆਪਾਂ ਗਰਮ ਕਰ ਲੈਣਾ ਗਾ। ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼। ਪਿਆਜ਼ ਆਪਾਂ ਆਪਦੇ ਹਿਸਾਬ ਨਾਲ ਜਿਵੇਂ ਪਹਿਲਾਂ ਵੀ ਕਿਹਾ ਵੀ ਜਿੰਨੀ ਆਪਾਂ ਸਬਜ਼ੀ ਬਣਾ ਰਹੇ ਹਾਂ ਉਹਦੇ ਹਿਸਾਬ ਨਾਲ ਜਿਹੜਾ ਸਮਾਨ ਉਹ ਆਪਾਂ ਵੱਧ ਘੱਟ ਪਾ ਸਕਦੇ ਹਾਂਗੇ। ਅਤੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਣਾ, ਮੋਟੇ ਪੀਸ ਨਹੀਂ ਰੱਖਣੇ ਹੈਗੇ ਕਿਉਂਕਿ ਟੇਸਟ ਜਿਹੜਾ ਵਧੀਆ ਹੁੰਦਾ ਗਾ ਨਾ ਹੀ ਆਪਾਂ ਇਹਨਾਂ ਨੂੰ ਪੀਸਣਾ ਗਾ, ਇਹਨਾਂ ਨੂੰ ਬਸ ਬਰੀਕ ਬਰੀਕ ਕਰ ਲੈਣਾ। ਅਤੇ ਉੱਧਰ ਇਹਨਾਂ ਨੂੰ ਮਿਸਤਰੀ ਨੇ ਬੁਲਾ ਲਿਆ ਸੀਗਾ, ਫਿਰ ਜਿਹੜੇ ਆਪਾਂ ਮਟਰ ਸੀਗੇ ਅਤੇ ਟਮਾਟਰ ਸੀ ਉਹ ਵੀ ਆਪਾਂ ਇਹਦੇ ਵਿੱਚ ਪਾਤੇ ਸੀ, ਅਤੇ ਇਹਨਾਂ ਨੂੰ ਵੀ ਆਪਾਂ ਪਕਾ ਲਿਆ ਸੀ 3-4 ਮਿੰਟ ਵਾਸਤੇ। ਅਤੇ ਇੱਧਰ ਆਪਾਂ ਪਾਵਾਂਗੇ ਜੀ ਨਮਕ, ਨਮਕ ਆਪਾਂ ਸਵਾਦ ਅਨੁਸਾਰ ਪਾ ਸਕਦੇ ਹਾਂ ਜੀ। ਲਾਲ ਮਿਰਚ ਪਾਊਡਰ, ਮਤਲਬ ਜਿੰਨੀ ਕੁ ਆਪਾਂ ਵੱਧ ਘੱਟ ਖਾਂਦੇ ਹਾਂ ਉਹਦੇ ਹਿਸਾਬ ਨਾਲ ਪਾ ਲੈਣੇ, ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਸੀਗੀ। ਹਲਦੀ ਪਾਊਡਰ ਅਤੇ ਗਰਮ ਮਸਾਲਾ ਪਾਊਡਰ, ਇਹਨਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗਾ। ਹੁਣ ਜਿਹੜਾ ਇਹ ਸਾਰਾ ਸਮਾਨ ਆ ਜੀ ਇਹਨੂੰ ਆਪਾਂ ਪਕਾਵਾਂਗੇ 3-4 ਮਿੰਟ ਵਾਸਤੇ। ਅਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਲਾਂਗੇ, 3-4 ਚਮਚ ਪਾਣੀ ਦੇ ਪਾ ਕੇ, ਅਤੇ ਆਪਾਂ ਇਹਨੂੰ ਢੱਕ ਕੇ ਰੱਖ ਦੇਣਾ 3-4 ਮਿੰਟ, ਮਤਲਬ ਮੀਡੀਅਮ 'ਤੇ ਰੱਖ ਕੇ ਆਪਾਂ ਇਹਨੂੰ ਪਕਾ ਲਾਂਗੇ। ਅਤੇ ਇੱਧਰ ਜਿਹੜਾ ਆਪਾਂ ਪਾਣੀ ਪਾਇਆ ਹੋਇਆ ਸੀ ਜੀ ਚੂਰਾ ਵੜੀ 'ਚ, ਹੁਣ ਆਪਾਂ ਇਹਨੂੰ ਸਾਰੇ ਨੂੰ ਨਿਚੋੜ ਲਾਂਗੇ। ਅਤੇ ਇੱਧਰ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਪਾਣੀ ਵਿੱਚੋਂ ਕੱਢ ਲਾਂਗੇ, ਅਤੇ ਸਾਰਿਆਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਕੇ, ਅਤੇ ਫਿਰ ਆਪਾਂ ਇਹਨਾਂ ਨੂੰ ਇੱਕ ਥਾਂ ਰੱਖ ਲਾਂਗੇ, ਕਿਉਂਕਿ ਜਿੰਨੇ ਟਾਈਮ 'ਚ ਉਹ ਪੱਕ ਰਿਹਾ ਗਾ ਉਨੇ ਟਾਈਮ 'ਚ ਜਿਹੜਾ ਸਾਰਾ ਪਾਣੀ ਉਹ ਆਪਾਂ ਨਿਚੋੜ ਲੈਣਾ ਗਾ। ਅਤੇ ਉੱਧਰ ਜਿਹੜੇ ਸਾਰੇ ਮਸਾਲੇ ਨੇ ਜੀ ਉਹ ਵੀ ਪੱਕ ਚੁੱਕੇ ਨੇਗੇ, ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗਾ। ਅਤੇ ਕਿਉਂਕਿ ਜਿਹੜੀਆਂ ਬੜੀਆਂ ਨੇ ਇਹ ਤਾਂ ਆਪਾਂ ਨਿਚੋੜੀਆਂ ਹੋਈਆਂ ਨੇ, ਪਰ ਫਿਰ ਵੀ ਇਹਨਾਂ ਵਿੱਚ ਪਾਣੀ ਹੁੰਦਾ ਗਾ, ਸੋ ਪਾਣੀ ਪਾਉਣ ਦੀ ਨਹੀਂ ਜ਼ਰੂਰਤ ਹੈਗੀ। ਪਰ ਜਿਹੜੇ ਚਾਹੁੰਦੇ ਨੇ ਵੀ ਤਰੀ ਵਾਲੀ ਬਣਾਉਣ ਤਾਂ ਇਹਦੇ ਵਿੱਚ ਪਾਣੀ ਪਾ ਸਕਦੇ ਨੇਗੇ, ਨਹੀਂ ਤਾਂ ਮਤਲਬ ਜ਼ਰੂਰਤ ਹੀ ਨਹੀਂ ਹੁੰਦੀ। ਅਤੇ ਹੁਣ ਆਪਾਂ ਇਹਨੂੰ ਮੀਡੀਅਮ ਜਿਹੇ ਕਰਕੇ, ਮੀਡੀਅਮ ਟੂ ਲੋਅ ਕਰਕੇ ਗੈਸ ਨੂੰ, ਅਤੇ ਉੱਪਰੋਂ ਆਪਾਂ ਢੱਕ ਕੇ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ। ਤੁਸੀਂ ਇੱਕ ਵਾਰ ਬਣਾਓਗੇ ਤਾਂ ਬੱਚਿਆਂ ਨੂੰ ਵੀ ਬੇਹੱਦ ਪਸੰਦ ਆ ਉਹ ਚੀਜ਼, ਕਿਉਂਕਿ ਇਹ ਪ੍ਰੋਟੀਨ ਆ ਭਰਪੂਰ ਆ, ਤਾਂ ਬੱਚਿਆਂ ਨੂੰ ਆਪਾਂ ਟਿਫਨ ਵਿੱਚ ਵੀ ਦੇ ਸਕਦੇ ਹੈਗੇ। 4-5 ਮਿੰਟ ਵਾਸਤੇ ਆਪਾਂ ਇਹਨੂੰ ਪਕਾ ਲਿਆ ਸੀਗਾ, ਜਿਹੜਾ ਸਾਰਾ ਪਾਣੀ ਸੀ ਵੱਡਿਆਂ ਵਿੱਚ ਉਹ ਸੁੱਕ ਚੁੱਕਿਆ ਸੀ, ਅਤੇ ਚੰਗੀ ਤਰ੍ਹਾਂ ਪੱਕ ਚੁੱਕਿਆ ਸੀਗੀਆਂ ਜਿਹੜੀਆਂ ਆਪਣੀ ਸਬਜ਼ੀਆਂ ਵਧੀਆ ਬਣ ਕੇ ਤਿਆਰ ਸੀਗੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਚਮਚ ਮੇਥੀ ਦਾ, ਇਹਦੀ ਥਾਂ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋਗੇ, ਸੋ ਇਹਦੇ ਨਾਲ ਜਿਹੜੀ ਖੁਸ਼ਬੂ ਆ ਉਹ ਵੀ ਵਧੀਆ ਹੁੰਦੀ, ਅਤੇ ਜਿਹੜੀ ਸਬਜ਼ੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੀ ਆ। ਹੁਣ ਆਪਣੀ ਜਿਹੜੀ ਸਬਜ਼ੀ ਉਹ ਬਣ ਕੇ ਤਿਆਰ ਆ ਜੀ, ਅਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਂਦੇ ਹਾਂ। ਸੋ ਪਰੌਂਠੇ ਨਾਲ ਬੱਚਿਆਂ ਨੂੰ ਆਪਾਂ ਜੇਕਰ ਡੇਲੀ ਦਿੰਦੇ ਤਾਂ ਜਿਹੜੇ ਪ੍ਰੋਟੀਨ ਆ ਭਰਪੂਰ ਆ, ਸੋ ਬੱਚਿਆਂ ਦੀ ਗਰੋਥ ਅਤੇ ਡਿਵੈਲਪਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਆ। ਸੋ ਕਈ ਵਾਰ ਜੀ ਅੱਕ ਜਾਂਦਾ ਤਾਂ ਆਪਾਂ ਇਹ ਜਿਹੜੀ ਸਬਜ਼ੀ ਮਿੰਟੋ ਮਿੰਟੀ ਬਣਾ ਕੇ ਖਾ ਸਕਦੇ ਹਾਂ। ਸੋ ਜ਼ਰੂਰ ਟਰਾਈ ਕਰਨੀ ਜੀ, ਵੀਡੀਓ ਵਧੀਆ ਲੱਗੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।